ਪੰਜਾਬ ਟੂਡੇ ਨੂੰ ਹੁਣ ਤੁਸੀਂ ਵੇਖ ਸਕਦੇ ਹੋ ਲਾਈਵ ਆਪਣੇ ਮੋਬਾਈਲ ਤੇ ਟੀਵੀ ਤੇ ਅੱਜ ਹੀ ਡਾਊਨਲੋਡ ਕਰੋ ਈ ਵਾਬ ਐਂਟਰਟੇਨਮੈਂਟ ਐਪ। ਕੋਰੋਨਾ ਮਹਾਮਾਰੀ ਦੌਰਾਨ ਸੰਗਰੂਰ ਦੇ ਪਿੰਡ ਨਦਮਪੁਰ ਨੇੜੇ ਵਰਤੀਆਂ ਗਈਆਂ PPE ਕਿੱਟਾਂ ਦਾ ਢੇਰ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣ ਮਗਰੋਂ ਹੁਣ ਇਹਨਾਂ ਕਿੱਟਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਵਰਤੀਆਂ ਹੋਈਆਂ ਕਿੱਟਾਂ ਕੌਣ ਅਤੇ ਕਿਉਂ ਇਸ ਥਾਂ 'ਤੇ ਸੁੱਟ ਗਿਆ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਵਰਤੀਆਂ ਹੋਈਆਂ ਕਿੱਟਾਂ ਨੂੰ ਇਸ ਤਰ੍ਹਾਂ ਨਹੀਂ ਸੁੱਟਿਆ ਜਾਂਦਾ, ਇਸ ਲਈ ਇਸ ਘਟਨਾ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਹੋ ਸਕਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕਿੱਟਾਂ ਨੂੰ ਨਸ਼ਟ ਕਰ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਜਾਂਚ ਤੋਂ ਬਾਅਦ ਹੀ ਅਸਲੀ ਸੱਚ ਸਾਹਮਣੇ ਆਵੇਗਾ। ਮੇਰਾ ਸਿਮਰਪ੍ਰੀਤ ਸਿੰਘ ਨਾਮ, ਡਿਪਾਰਟਮੈਂਟ ਜੀ, ਮੈਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਰੀਜਨਲ ਆਫਿਸ ਸੰਗਰੂਰ 'ਚ ਪੋਸਟਡ ਹਾਂ। ਕਿੰਨੇ ਕਿੱਟਾਂ ਦੇ ਢੇਰ ਨੇ ਮਿਲੇ? ਉਰੇ ਸਾਨੂੰ 3 ਕਿੱਟਾਂ ਦੇ ਢੇਰ ਮਿਲੇ ਨੇ, ਜਿਹੜੀ ਆਪਣੀ ਇਹ ਨਦਾਮਪੁਰ ਰੋਡ ਹੈਗੀ ਹੈ, ਇੱਕ ਜੇ ਕਿੱਟ ਢੇਰ ਦੇ ਆਪਾਂ ਕੋਲ ਖੜ੍ਹੇ ਹਾਂ ਅਤੇ ਦੂਸਰੇ ਇਸ ਤੋਂ ਥੋੜ੍ਹਾ ਜਦੋਂ ਆਪਾਂ ਅੱਗੇ ਟਵਾਰਡਸ ਭਵਾਨੀਗੜ੍ਹ ਰੋਡ ਜਾਂਦੇ ਹਾਂ ਤਾਂ 2 ਢੇਰ ਰਸਤੇ 'ਚ ਮਿਲੇ ਨੇ ਆਪਾਂ ਨੂੰ। ਕੀ ਖਤਰਨਾਕ ਇਹ? ਦੇਖੋ ਜੀ, ਜਿਹੜੀਆਂ ਯੂਜ਼ਡ PPE ਕਿੱਟਾਂ ਨੇ ਇਹਨਾਂ 'ਚ ਦੇਖੋ ਥੋੜ੍ਹਾ ਖਤਰਾ ਤਾਂ ਹੈ ਹੀ ਹੈ ਕਿ ਵੀ ਜੇ ਕੱਲ੍ਹ ਇਹਨਾਂ ਨੂੰ ਕੋਈ ਹੱਥ ਲਾਉਂਦਾ ਹੈ ਜਾਂ ਕੋਈ ਜਾਨਵਰ ਕਿਤੇ ਆ ਜਾਂਦੇ ਨੇ ਉਹ ਇਹਨਾਂ ਨੂੰ ਹੱਥ ਲਾਉਂਦੇ ਨੇ, ਉਹਦੇ ਵਿੱਚ ਪ੍ਰੋਬਲਮ ਆਉਣ ਦੇ ਚਾਂਸਿਸ ਨੇ ਕਿ ਵੀ ਕਿਸੇ ਨੂੰ ਕੱਲ੍ਹ ਕਰੋਨਾ ਦੀ ਕੋਈ ਪ੍ਰੋਬਲਮ ਜਾਂ ਕੁਝ ਹੋਰ ਆ ਜਾਵੇ ਤਾਂ ਉਹ 'ਚ ਦਿ੕ੱਕਤ ਹੈਗੀ ਹੈ। ਅਤੇ ਕੀ ਅਪੀਲ ਕਰਦੇ ਲੋਕਾਂ ਨੂੰ? ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਜੇ ਕੋਈ ਲੰਘਦਾ ਵੜਦਾ ਉਰੋਂ ਦੇਖਦਾ ਇਹਨਾਂ ਕਿੱਟਾਂ ਨੂੰ, ਵੈਸੇ ਤਾਂ ਅਸੀਂ ਵਿਦਇਨ 1 or 2 hours ਇਹਨੂੰ ਡਿਸਪੋਜ਼ ਆਫ ਕਰਵਾ ਦਾਂਗੇ ਉਰੋਂ, ਪਰ ਜਿਹੜਾ 1-2 ਘੰਟੇ ਹੈਗੇ ਨੇ ਤਾਂ ਜੇ ਵੀ ਕੋਈ RN ਪੁਲਿਸ ਮੁਲਾਜ਼ਮ ਸਾਡੇ ਡਿਊਟੀ 'ਤੇ ਲੱਗੇ ਹੋਏ ਨੇ ਭਾਈ ਸਾਹਿਬ, ਇਹ ਵੀ ਉਰੇ ਟ੍ਰੈਫਿਕ ਨੂੰ ਰੋਕ ਕੇ ਸੁਨੇਹਾ ਦੇ ਰਹੇ ਨੇ ਕਿ ਵੀ ਉਰੇ ਕੋਈ ਕੋਲ ਨਾ ਖੜ ਕੇ, ਜਿਵੇਂ ਆਪਣੀ ਆਦਤ ਹੁੰਦੀ ਹੈ ਕਿ ਰੋਕ ਕੇ ਦੇਖਣ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਕਿਸੇ ਨੂੰ ਉਰੇ ਰੋਕਣ ਤੋਂ ਮਨਾ ਕਰ ਰਹੇ ਨੇ। ਰੋਕਦਾ? ਹਾਂਜੀ ਰੋਕਦੇ ਨੇ। ਇਹਦੇ ਬਾਰੇ ਜੀ ਹਜੇ ਕੁਛ ਪਤਾ ਨਹੀਂ ਹੈਗਾ ਕਿਉਂਕਿ ਕਿੱਟਾਂ ਉੱਤੇ ਕੁਛ ਵੀ ਕੋਈ ਸੈਂਪ ਨਾ ਕਿਸੇ ਦੀ ਸਟੈਂਪ ਜਾਂ ਕੋਈ ਹਸਪੀਟਲ ਦੀ ਕੁਛ ਹੋਰ ਨਹੀਂ ਟਰੇਸ ਹੋਈ ਹੈ ਜੀ। ਥੈਂਕ ਯੂ। ਤੁਸੀਂ ਡਿਊਟੀ ਦੇ ਰਹੇ ਹੋ, ਕਿੰਨੀਆਂ ਮਿਲੀਆਂ ਨੇ ਕਿੱਟਾਂ ਇਹ, ਕਿੰਨੀ ਜਗ੍ਹਾ 'ਤੇ? ਇਹ 'ਚ ਕਿੱਟਾਂ 3 ਜਗ੍ਹਾ 'ਤੇ ਮਿਲੀਆਂ ਨੇ। ਆਪਣੇ ਪੋਲਿਊਸ਼ਨ ਬੋਰਡ ਵਾਲੇ ਆ ਗਏ ਅਤੇ ਅਸੀਂ ਆਪਣਾ ਨਾਕਾ ਲਾ ਰੱਖਿਆ ਰਸਤੇ 'ਚ, ਜੇ ਆਉਂਦੇ ਜਾਂਦੇ ਨੂੰ ਸੂਚਿਤ ਕੀਤਾ ਜਾਂਦਾ ਵੀ ਇਹਦੇ ਤੋਂ ਖਤਰਾ, ਵੀ ਇੱਧਰ ਦੀ ਨਾ ਲੰਘੋ, ਇੱਧਰ ਦੀ ਨਾ ਲੰਘੋ। ਕਾਫੀ ਵੱਡੀ ਮਾਤਰਾ 'ਚ ਨੇ? ਕਾਫੀ ਵੱਡੀ ਮਾਤਰਾ 'ਚ ਨੇ, ਗੱਡੀਆਂ ਦਾ ਪ੍ਰਬੰਧ ਹੋ ਰਿਹਾ, ਫਿਲਹਾਲ 1 ਗੱਡੀ ਆ ਚੁੱਕੀ ਹੈ। ਅਸੀਂ ਕੀਤਾ ਮਤਲਬ ਕਿਸੇ ਕੋਲ ਪਿਆ ਹੋਣਾ ਸਮਾਨ ਜਾਂ ਉਹਨੇ ਸਟੇਸ਼ਨ ਤੱਕ ਸੁਮ ਸੁਨਸਾਨ ਥਾਂ ਦੇ ਕੇ ਉਹ ਤੁਹਾਨੂੰ ਪੁਲਿਸ ਵੈਰੀਫਾਈ ਕਰੂਗੀ ਕੀ ਕਿਹਾ ਮਤਲਬ ਕਿ ਪੁਲਿਸ ਨੂੰ ਲਿਖਤਾ ਹੈ। ਇਹ ਸਮਾਨ ਪ੍ਰਾਈਵੇਟ ਬੰਦੇ ਕੋਲ ਤਾਂ ਹੋ ਸਕਦੇ? ਨਹੀਂ ਨਹੀਂ, ਪ੍ਰਾਈਵੇਟ ਹਸਪਤਾਲਾਂ ਕੋਲ ਵੀ ਹੋ ਸਕਦਾ ਹੈ ਕਿ ਹੁਣ ਕਿੱਥੋਂ ਆਉਂਦੇ, ਕਿਉਂਕਿ ਬਾਕੀ ਜਿਹੜੇ ਸਰਕਾਰੀ ਹਸਪਤਾਲ ਨੇ ਜਾਂ ਪ੍ਰਾਈਵੇਟ ਕੋਈ ਵੀ ਹਸਪਤਾਲ ਹੈ ਜਿਹੜਾ ਵੀ ਖੋਲ੍ਹਦਾ ਉਹਨੂੰ ਪੰਜਾਬ ਪੋਲਿਊਸ਼ਨ ਬੋਰਡ ਨਾਲ ਐਥੋਰਾਈਜੇਸ਼ਨ ਹੁੰਦੀ ਆਉਂਦੀ ਅਤੇ ਉਹ ਜਿਹੜੇ ਆਪਣੇ ਮੈਡੀਕੇਅਰ ਹੈ ਉਹ ਸਮਾਨ ਲੈ ਕੇ ਜਾਂਦੀ ਹੈ, ਵੇਸਟ ਮੈਨੇਜਮੈਂਟ ਸਾਰੇ ਹਸਪਤਾਲਾਂ ਬਾਇਓਮੈਡੀਕਲ ਵੇਸਟ ਉਹ ਲੈ ਕੇ ਜਾਂਦੀ ਹੈ। ਇਸ ਤਰ੍ਹਾਂ ਦਾ ਤਾਂ ਕੋਈ ਸਿਸਟਮ ਮੇਰੇ ਦਾ ਸਮੇਂ ਤੋਂ ਬਾਹਰ ਹੈ। ਕਿੰਨਾ ਖਤਰਾ ਇਹਦਾ ਜਿਹੜੀਆਂ ਇਸ ਤਰ੍ਹਾਂ? ਖਤਰਾ ਤਾਂ ਹੈ ਹੀ, ਲੋਕਾਂ ਨੂੰ ਇਨਫੈਕਸ਼ਨ ਦਾ ਖਤਰਾ ਹੈ। ਹੁਣ ਅਸੀਂ ਮਤਲਬ ਕਿ ਉਹ ਪੋਲਿਊਸ਼ਨ ਬੋਰਡ ਵਾਲੇ ਚੁਕਵਾ ਰਹੇ ਹੈ, ਉਸ ਤੋਂ ਬਾਅਦ ਉੱਥੇ ਪੰਚਾਇਤ ਨੂੰ ਆਖਿਆ ਇੱਥੇ ਇਹਨੂੰ ਸੈਨੇਟਾਈਜ਼ ਕਰਾਇਆ ਜਾਏ ਏਰੀਏ ਨੂੰ। ਇਹ ਮਤਲਬ ਤੁਸੀਂ ਕਿੱਟਾਂ ਦੇ ਉੱਪਰ ਪੜ੍ਹਿਆ ਕਿਤੇ ਬਾਹਰਲੀ ਸਟੇਟ ਦੇ ਵੀ ਹੋ ਸਕਦੇ? ਨਹੀਂ ਨਹੀਂ ਨਹੀਂ, ਕਿੱਟਾਂ 'ਤੇ ਕੁਝ ਨਹੀਂ ਲਿਖਿਆ ਹੁੰਦਾ, ਜਸਟ ਮਤਲਬ ਕਿ ਆਪਣੇ ਕਮੀਜ਼ਾਂ ਨੇ ਜਿਵੇਂ ਆਮ ਕੱਪੜੇ ਹੁੰਦੇ ਆ ਉਵੇਂ ਮਤਲਬ ਕਿ ਹੈ, ਉਸ ਕੋਈ ਸੱਚ ਨਹੀਂ ਹੁੰਦਾ। ਬਾਕੀ ਹੁਣ ਪੁਲਿਸ ਵੈਰੀਫਾਈ ਕਰੂਗੀ ਜਦੋਂ ਖੋਲ੍ਹ ਕੇ ਦੇਖੂਗੀ ਕੋਈ ਵੀ ਕੀ ਹੈ ਕੀ ਨਹੀਂ ਹੈਗਾ। ਜਾਂ ਕਿੰਨੀਆਂ ਕਿੱਟਾਂ ਹੋ ਸਕਦੀਆਂ? ਹਜ਼ਾਰਾਂ ਦੀ ਗਿਣਤੀ ਕਾਫੀ ਹੈ, ਮਤਲਬ ਕਿ ਕਾਫੀ ਵੱਡਾ ਡੰਪ ਹੈ, ਮਤਲਬ ਕਿ 1 ਟਰੱਕ ਦੇ ਕਰੀਬ ਹੋਣਾ ਹੈ। ਸੰਗਰੂਰ ਤੋਂ ਕੁਲਬੀਰ ਨਾਮੋਲ ਦੀ ਰਿਪੋਰਟ, ਪੰਜਾਬ ਟੂਡੇ।